ਕਿਸ ਤਰ੍ਹਾਂ ਦੇ ਲੋਕ ਹੈਗੇ ਇਥਾਂ ਦੇ ਇੱਥੇ ਦੇ ਬੜੇ ਮਿਲਨਸਾਰ ਲੋਕ ਹੈਗੇ ਜੀ ਜਿੱਥੇ ਸਾਨੂੰ ਲੋੜ ਹੈ ਪੂਰੀ ਮਦਦ ਕਰਦੇ ਹੈਗੇ ਆ ਬੱਚੇ ਨੂੰ ਕੁਝ ਹਾਂ ਅੱਛੇ ਤਰੀਕੇ ਨਾਲ ਅੱਛਾ ਕੀ ਪਲਾਨ ਤੁਹਾਡਾ ਕੀ ਹੈਗਾ ਵਾ ਕੋਈ ਸ਼ਾਪਿੰਗ ਕਰਨ ਦਾ ਕੋਈ ਮਾਰਕੀਟ ਜਾਣੇ ਦੇ ਕੇ ਦੇਖ ਰਹੇ ਕਿ ਅੱਛਾ ਕੀ ਹੈਗਾ ਅੱਛਾ ਮੈਨੂੰ ਤਾਂ ਲੱਗਦਾ ਜ਼ਿਆਦਾ ਚੀਜ਼ਾਂ ਸ਼ਾਇਦ ਮਿਲਦੀਆਂ ਹੋਣ ਜਿਹੜੀ ਨਵੀਂ ਚੀਜ਼ ਲੱਗੂਗੀ ਉਹ ਆਪਾਂ ਜ਼ਰੂਰ ਕੀਤਾ ਹਾਂ ਅੱਛਾ ਕਿਸੇ ਦੋਸਤ ਨੇ ਕਿਸੇ ਨੇ ਕਿਹਾ ਸੀ ਕਿ ਕੋਈ ਗਿਫਟ ਗੁਫਟ ਲੈ ਕੇ ਆਇਓ ਨਹੀਂ ਜੀ ਸਾਡੇ ਨਾਲ ਪਹਿਲਾਂ ਜਾ ਕੇ ਆਇਆ ਉਹਨਾਂ ਨੇ ਦੱਸ ਪਾਈ ਸੀ ਕਿ ਮੈਂ ਬਹੁਤ ਵਧੀਆ ਫਾਦਰ ਅਸਲਾਮੁਅਲੈਕੁਮ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਹੋਸਟ ਰਿਆਨ ਮਲਿਕ ਅਤੇ ਤੁਸੀਂ ਜੁੜੇ ਇਸ ਟਾਈਮ ਪੰਜਾਬੀ ਵਿਚਾਰ ਚੈਨਲ ਦੇ ਨਾਲ ਅਤੇ ਅਸੀਂ ਇਸ ਟਾਈਮ ਕਰਤਾਰਪੁਰ ਮੌਜੂਦ ਹੈਗੇ ਹਾਂ ਅਤੇ ਇੰਡੀਆ ਤੋਂ ਆਏ ਜਿਹੜੇ ਸਿੱਖ ਯਾਤਰੀ ਕਰਤਾਰਪੁਰ ਸਾਹਿਬ ਜਿਹੜੇ ਕਿ ਵਿਜ਼ਿਟ ਕਰ ਰਹੇ ਨੇ ਦਰਬਾਰ ਸਾਹਿਬ ਦਾ ਇਹਨਾਂ ਨੂੰ ਪੁੱਛਦਾ ਵੀਰ ਜੀ ਕੀ ਨਾਂ ਆਪਣਾ ਮੇਰਾ ਰੋਬਿਨ ਬੰਸਲ ਅੱਛਾ ਤੁਹਾਡਾ ਕੀ ਨਾਂ ਜੀ ਪ੍ਰਿੰਸ ਬੰਸਲ ਤੁਹਾਡਾ ਕੀ ਨਾਂ ਜੀ ਸ਼ਰਨ ਬੰਸਲ ਅੱਛਾ ਤੁਸੀਂ ਇਹ ਦੱਸੋ ਕਿ ਕਰਤਾਰਪੁਰ ਤੁਹਾਡਾ ਪਹਿਲਾ ਵਿਜ਼ਿਟ ਹੈਗਾ ਅਤੇ ਕਿਸ ਤਰ੍ਹਾਂ ਦਾ ਲੱਗਾ ਇੱਥੇ ਆਣ ਕੇ ਕਿਸ ਤਰ੍ਹਾਂ ਬਣਿਆ ਇੱਥੇ ਆਉਣ ਦਾ ਕਿਸ ਚੀਜ਼ ਦਾ ਪਲਾਨ ਸੀਗਾ ਇੱਥੇ ਆਉਣ ਦਾ ਅਤੇ ਇਹ ਦੱਸੋ ਇੱਥੋਂ ਕੀ ਪਲਾਨ ਤੁਹਾਡਾ ਕੀ ਹੈਗਾ ਵਾ ਕੋਈ ਸ਼ਾਪਿੰਗ ਕਰਨ ਦਾ ਕੋਈ ਮਾਰਕੀਟ ਜਾਣੇ ਮਾਰਕੀਟ ਦੇਖ ਰਹੇ ਕਿ ਉੱਥੇ ਕੀ ਹੈਗਾ ਅੱਛਾ ਮੈਨੂੰ ਤਾਂ ਲੱਗਦਾ ਜ਼ਿਆਦਾਤਰ ਚੀਜ਼ਾਂ ਸ਼ਾਇਦ ਮਿਲਦੀਆਂ ਹੋਣਗੀਆਂ ਜਿਹੜੀ ਨਵੀਂ ਚੀਜ਼ ਲੱਗੂਗੀ ਉਹ ਆਪਾਂ ਜ਼ਰੂਰ ਕੀਤਾ ਹਾਂ 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 ਅੱਛਾ ਕਿਸੇ ਦੋਸਤ ਨੇ ਕਿਸੇ ਨੇ ਕਿਹਾ ਸੀਗਾ ਕੋਈ ਗਿਫਟ ਗੁਫਟ ਲੈ ਕੇ ਆਇਓ ਨਹੀਂ ਜੀ ਸਾਡੇ ਨਾਲ ਪਹਿਲਾਂ ਜਾ ਕੇ ਆਇਆ ਉਹਨਾਂ ਨੇ ਦੱਸ ਪਾਈ ਸੀ ਕਿ ਮੈਂ ਬਹੁਤ ਵਧੀਆ ਫਾਦਰ ਹਾਂ ਅੱਛਾ ਤੁਸੀਂ ਆਪਣਾ ਨਾ ਐਡਰੈਸ ਨਹੀਂ ਦੱਸਿਆ ਕਿਹੜੀ ਜਗ੍ਹਾ ਤੋਂ ਤੁਸੀਂ ਪਠਾਨਕੋਟ ਤੋਂ ਠੀਕ ਅੱਛਾ ਠੀਕ ਹੋ ਗਿਆ ਕਰੋ ਜੀ ਯਾਤਰਾ ਅਤੇ ਹਾਂਜੀ ਸ਼ੁਕਰੀਆ ਜੀ